ਚੌਧਰੀ ਲੁਧਿਆਣਾ ਦੇ ਨੇੜੇ ਲੱਗਦੇ ਦੌਰਾਹਾਂ ਦੇ ਪਿੰਡ ਰਾਮਪੁਰ ਪੁਲਿਸ ਛਾਉਣੀ ਵਿੱਚ ਬਦਲ ਗਿਆ ਜਦੋਂ ਇੱਕ ਖੂਫੀਆ ਟੀਮ ਨੇ ਇੱਕ ਘਰ ਦੇ ਅੰਦਰ ਛਾਪਾ ਮਾਰਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਛਾਪੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ, ਪਰ ਸੂਤਰਾਂ ਅਨੁਸਾਰ ਖਾਲਿਸਤਾਨੀ ਪੱਖੀ ਨੌਜਵਾਨ ਦੇ ਘਰ ਦੇ ਅੰਦਰੋਂ ਹੀ ਕਾਬੂ ਕੀਤਾ ਗਿਆ ਹੈ ਤੇ ਘਰ ਦੇ ਅੰਦਰੋਂ ਪ੍ਰਿੰਟਿੰਗ ਪ੍ਰੈਸ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਖੂਫੀਆ ਟੀਮਾਂ ਨੇ ਸਥਾਨਕ ਪੁਲਿਸ ਦੇ ਨਾਲ ਦੌਰਾਹਾ ਦੇ ਰਾਮਪੁਰ ਪਿੰਡ ਦੇ ਇੱਕ ਘਰ ਵਿੱਚ ਛਾਪਾ ਮਾਰਿਆ ਤੇ ਸੂਤਰਾਂ ਤੋਂ ਪਤਾ ਲੱਗਾ ਕਿ ਘਰ ਦੇ ਅੰਦਰ ਰਹਿਣ ਵਾਲੇ ਨੌਜਵਾਨ ਰੈਫਰੈਂਡਮ 2020 ਲਈ ਸਮੱਗਰੀ ਤਿਆਰ ਕਰਦੇ ਸਨ, ਯਾਨੀ ਕਿ ਖਾਲਿਸਤਾਨ ਦੇ ਲਈ, ਤੇ ਘਰ ਦੇ ਅੰਦਰ ਪ੍ਰਿੰਟਿੰਗ ਪ੍ਰੈਸ ਲਗਾਈ ਗਈ ਸੀ ਤੇ ਘਰ ਦੇ ਅੰਦਰ ਰੈਫਰੈਂਡਮ 2020 ਅਤੇ ਖਾਲਿਸਤਾਨ ਨਾਲ ਸੰਬੰਧਿਤ ਸਮੱਗਰੀ ਮਿਲੀ ਹੈ। खालिस्तानी पक्षी जो नौजवान सन इन्हां नूं गिरफ्तार किया गया जो घर दे विच बैठ के सामग्री तैयार करते सन रेफरेंडम 2020 दी। दस दिए कि टिफन बंब मिलन के मामले तो बाद लगातार पंजाब पुलिस ते NIA दियां टीमां जांच दे विच जुटियां होईयां ने। दस दिए कि बीते दिन हाई अलर्ट तो बाद दिती गई सी ते नाल ही जलालाबाद दे विच एक बंब धमाका होया सी, उसनूं लैके भी जांच जारी है। ते हुण एक होर नवा खुलासा पुलिस वालों किया गया है कि दौराहा दे पिंड रामपुर दे विच खालिस्तान दे नाल संबंधित दो नौजवानों नूं गिरफ्तार किया गया है ਤੇ ਉਹਨਾਂ ਦੇ ਕੋਲੋਂ ਕੁਝ ਇਤਰਾਜ਼ ਸੰਬੰਧੀ